ਅੱਜ ਦੀ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਦੀ ਸਾਂਝ ਪਾ ਰਹੇ ਹਾਂ ਉਹ ਹੈਗਾ ਕਿ ਕਿਸਾਨ ਸੰਘਰਸ਼ ਜਿਹਦੇ ਨਾਲ ਕੁੱਲ ਦੁਨੀਆ ਦੇ ਲੋਕ ਜਿਹੜੇ ਆ ਜੁੜੇ ਆ। ਮੈਂ ਸਮਝਦਾ ਕਿ ਇਸ ਪੰਜਾਬ ਜਾਂ ਹਿੰਦੁਸਤਾਨ ਦੇ ਨੇ ਜਿਹੜੇ ਸਾਡੀ ਭਾਸ਼ਾ ਵੀ ਨਹੀਂ ਜਾਣਦੇ, ਸਾਡੇ ਕਲਚਰ ਨਾਲ ਵੀ ਸੰਬੰਧ ਨਹੀਂ, ਬਹੁਤ ਲੋਕ ਉਹ ਵੀ ਜਿਹੜੇ ਆ ਇਸ ਦੇ ਪ੍ਰਤੀ ਆਪਣੀ ਜਿਹੜੀ ਆ ਭਲਾਈ ਦੀ ਗੱਲ ਕਰ ਰਹੇ ਆ। ਤੋ ਅੱਜ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉਹਦਾ ਮੁੱਖ ਵਿਸ਼ਾ ਇਹ ਆ ਕਿ ਕਿਸਾਨ ਆਗੂਆਂ ਵੱਲੋਂ ਜੋ ਨੌਜਵਾਨ ਜਜ਼ਬੇ ਨੂੰ ਪਿੱਠ ਦਿਖਾਈ ਆ ਤਾਂ ਕਿਨਾਰਾ ਕਸੀ ਕੀਤੀ ਆ ਉਹ ਬਹੁਤ ਮੰਦਭਾਗੀ ਆ। ਅਤੇ ਜਿਹੜਾ ਦਿੱਲੀ ਕਮੇਟੀ ਦੇ ਜਿਹੜੇ ਕਾਰਜ ਨੇ ਜਾਂ ਸ਼੍ਰੋਮਣੀ ਕਮੇਟੀ ਦੇ ਕਾਰਜ ਨੇ ਉਹ ਸ਼ਲਾਘਾਯੋਗ ਨੇ। ਮੈਂ ਇੱਥੇ ਸਭ ਤੋਂ ਪਹਿਲਾਂ ਇਹ ਗੱਲ ਅਸੀਂ ਕਲੀਅਰ ਕਰ ਲਈਏ ਤਾਂ ਕਿ ਕੋਈ ਸ਼ੰਕਾ ਨਾ ਰਹਿ ਜਾਵੇ ਕਿ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਸਿੱਖ ਸਟੂਡੈਂਟ ਫੈਡਰੇਸ਼ਨ ਜਦੋਂ ਤੋਂ ਸੰਘਰਸ਼ ਚੱਲਿਆ ਉਹਦੇ ਨਾਲ ਡਟਵੀਂ ਹਮਾਇਤੀ ਆ, ਕਿਸਾਨੀ ਝੰਡੇ ਹੇਠ ਅਸੀਂ ਉਸ ਦੇ ਵਿੱਚ ਸ਼ਾਮਿਲ ਹਾਂ, ਅੱਜ ਵੀ ਹਾਂ, ਗਾਂਹ ਵੀ ਰਹਾਂਗੇ, ਅਸੀਂ ਉਹਦਾ ਡਟ ਕੇ ਸਮਰਥਨ ਕਰਦੇ ਹਾਂ। ਕਿਸਾਨੀ ਜਿਹੜੇ ਆਗੂ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਸਾਡੀ ਉਹਨਾਂ ਦੇ ਖਿਲਾਫ਼ ਕੋਈ ਕਿਸੇ ਤਰ੍ਹਾਂ ਦੀ ਕੋਈ ਸਾਡੇ ਮਨ ਦੇ ਅੰਦਰ ਭਾਵਨਾ ਨਹੀਂ, ਉਹਨਾਂ ਦੀ ਇੱਕਜੁੱਟਤਾ ਲਈ ਅਸੀਂ ਵਚਨਬੱਧ ਹਾਂ ਕਿ ਉਹਨਾਂ ਦੀ ਇੱਕਜੁੱਟਤਾ ਰਹਿਣੀ ਚਾਹੀਦੀ ਹੈ। ਪਰ ਹੁਣ ਕੀ ਆ ਵੀ ਪਿਛਲੇ ਦਿਨਾਂ ਦੇ ਅੰਦਰ ਜੋ ਕੁਛ ਜਿਹੜਾ ਵਾਪਰਿਆ ਆਮ ਆਵਾਮ ਦੇ ਅੰਦਰ ਅਤੇ ਸਾਡੇ ਦਿਲ ਦੇ ਅੰਦਰ ਕੁਛ ਗੱਲਾਂ ਐਸੀਆਂ ਨੇ ਜਿਹੜੇ ਸ਼ਿਕਵੇ ਨੇ ਜਿਹੜੇ ਅਸੀਂ ਉਹਨਾਂ ਨੂੰ ਅੱਜ ਜ਼ਾਹਰ ਕੀਤੇ ਨੇ, ਅਸੀਂ ਚਾਹਵਾਂਗੇ ਕਿ ਉਹ ਇਹਨਾਂ ਗੱਲਾਂ ਨੂੰ ਮੁੜ ਜਿਹੜੀ ਆ ਸਵਾਰਨ। ਅੱਜ ਦੀ ਦਿਨ 'ਤੇ ਵਿਸ਼ੇਸ਼ ਗੱਲ ਇਹ ਆ ਕਿ ਜਿਹਨਾਂ ਦੇ ਕਰਕੇ ਜਿਹੜਾ ਸੰਘਰਸ਼ ਉਸਰਿਆ ਉਹ ਉਹਨਾਂ ਦੇ ਖਿਲਾਫ਼ ਜਿਹੜੀ ਜਾਗਰੂਕਤਾ ਪੈਦਾ ਕੀਤੀ ਉਹ ਲੋਕ ਇਹਦੇ ਵਿੱਚ ਸਤਿਕਾਰਯੋਗ ਨੇ। ਨੌਜਵਾਨ ਦਾ ਜਜ਼ਬਾ ਉੱਥੇ ਆ, ਅਥਾਹ ਜੋਸ਼ ਹੈ, ਗੁਰੂ ਦੇ ਸਿਧਾਂਤ ਦੇ ਪਹਿਰੇਦਾਰ ਵੱਲੋਂ ਨਿਭਾਇਆ ਰੋਲ ਹੈ ਜਿਹਦੇ ਕਰਕੇ ਸੰਘਰਸ਼ ਦੀ ਇਸ ਸਿਖਰ ਪਹੁੰਚੀ ਆ। ਸੋ ਅਸੀਂ ਇਹ ਗੱਲ ਕਰਦੇ ਹਾਂ ਕਿ ਪਿਛਲੇ ਦਿਨੀ ਕਈ ਵਾਰ ਅਸੀਂ ਗੱਲ ਕਰ ਚੁੱਕੇ ਹਾਂ ਕਿ ਪਿਛਲੇ ਦਿਨੀ ਜਿਹੜੀ ਆ ਕੁਝ ਕਿਸਾਨੀ ਆਗੂਆਂ ਵੱਲੋਂ ਜਿਹੜਾ ਜਜ਼ਬੇ ਤੋਂ ਕਿਨਾਰਾ ਕਰਨਾ, ਹਾਂਜੀ, ਅਤੇ ਖਾਲਸਾਈ ਨਿਸ਼ਾਨ ਸੰਘਰਸ਼ ਦੀ ਰੂਹ ਜਿਹੜੀ ਆ ਨੌਜਵਾਨ ਉਹਨਾਂ ਨੂੰ ਪਿੱਠ ਵਿਖਾਉਣਾ, ਐਸੀਆਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹਦੇ ਨਾਲ ਜਿਹੜਾ ਸੰਘਰਸ਼ ਨੂੰ ਢਾਲ ਲੱਗਣ ਵਰਗੀ ਗੱਲ ਆ, ਅਸੀਂ ਕਹਿੰਦੇ ਹਾਂ ਵੀ ਉਹਦਾ ਜਿਹੜਾ ਭਵਿੱਖ ਆ ਉਹ ਉਸ ਦੇ ਬਾਰੇ 'ਚ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਪ੍ਰਗਟ ਕੀਤੀ ਜਾਂਦੀ ਆ। ਸੋ ਅੱਜ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜੇ ਕਿਸਾਨ ਆਗੂ ਨੇ ਉਹ ਆਪਣੇ ਆਪ ਨੂੰ ਇਹਨਾਂ ਗੱਲਾਂ 'ਤੇ ਮੁੜ ਵਿਚਾਰ ਕਰਨ, ਜਿਨ੍ਹਾਂ ਲੋਕਾਂ ਨੇ ਇਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕੀਤੀ ਆ, ਚਾਹੇ ਉਹ 26 ਦਾ ਸੰਘਰਸ਼ ਹੋਵੇ, ਚਾਹੇ ਉਹ ਕਿਸੇ ਤਰ੍ਹਾਂ ਦਾ ਟਕਰਾਅ ਹੋਵੇ, ਕਿਸ ਤਰ੍ਹਾਂ ਦੀਆਂ ਮਾੜੀਆਂ ਖਬਰਾਂ ਜਿਹੜੀਆਂ ਆਈਆਂ ਜਬਰ ਸਰਕਾਰੀ ਜਬਰ ਦੇ ਨਾਲ ਟੱਕਰ ਲੈਣ ਵਾਲੇ ਲੋਕਾਂ ਦੇ ਬਾਰੇ 'ਚ, ਉਹਨਾਂ ਦਾ ਜਿਹੜਾ ਉਹਨਾਂ ਨੂੰ ਅਪਣਾਉਣਾ ਅਤੇ ਉਹਨਾਂ ਦਾ ਉਹਨਾਂ ਦੇ ਪਿੱਛੇ ਖੜਨਾ ਇਹ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਆ। ਸਾਨੂੰ ਇਸ ਗੱਲ ਦਾ ਦੁੱਖ ਹੋਇਆ ਕਿ 26 ਵਾਲੇ ਉਸ ਸਮੇਂ 'ਤੇ ਭਾਵੇਂ ਕਿ ਕੋਈ ਬਹੁਤ ਵੱਡੀ ਉੱਥੇ ਕੋਈ ਘਟਨਾ ਨਹੀਂ ਵਾਪਰੀ, ਪਰ ਜਿਹਨੂੰ ਸਿਰਫ ਸਰਕਾਰ ਨੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਇਹ ਗੱਲਾਂ ਕੀਤੀਆਂ, ਜਦੋਂ ਕਿ ਸਰਕਾਰ ਨੇ ਰਸਤਾ ਦਿੱਤਾ, ਸਰਕਾਰ ਨੇ ਉਹ ਸਾਰਾ ਹਾਲਾਤ ਬਣਾਏ, ਅਤੇ ਉੱਥੇ ਕੋਈ ਗੁਨਾਹ ਨਹੀਂ ਹੋਇਆ। ਜੇ ਇਸ ਗੱਲ ਦੀ ਗੱਲ ਬਹੁਤ ਸਾਰੇ ਲੋਕ ਕਰ ਚੁੱਕੇ ਆ, ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਜਾਂ ਪੰਜਾਬੀਆਂ ਦੀ ਗੱਲ ਕਰੀਏ, ਜਿਹੜੇ ਦੂਸਰੇ ਜਿਹੜੇ ਲੋਕ ਨੇ ਸੂਬਿਆਂ ਦੇ ਹੋਰ ਧਰਮਾਂ ਦੇ ਲੋਕ ਆ, ਉਹਨਾਂ ਨੇ ਵੀ ਇਸ ਗੱਲ ਨੂੰ ਕਿਹਾ ਵੀ ਕੋਈ ਬਹੁਤ ਵੱਡੀ ਗੁਨਾਹ ਵਾਲੀ ਗੱਲ ਨਹੀਂ, ਪਰ ਉਦੋਂ ਲੋਕ ਗ੍ਰਿਫਤਾਰ ਹੋਏ, ਗੋਲੀਆਂ ਵੱਜੀਆਂ, ਇੱਕ ਨੌਜਵਾਨ ਜਿਹੜਾ ਟਰੈਕਟਰ 'ਤੇ ਜਿਹੜਾ ਸੀਗਾ ਉਹ 'ਤੇ ਗੋਲੀ ਵੱਜੀ, ਉਹ ਕਿਨਾ ਉਹ ਆਪਦਾ ਕਹਿੰਦੇ ਜ਼ਿੰਦਗੀ ਕੁਰਬਾਨ ਕਰ ਗਿਆ। ਉਹ ਉਹਨਾਂ ਲੋਕਾਂ ਦੇ ਨਾਲ ਖੜਨਾ ਜਿਹੜੀ ਸਮੇਂ ਦੀ ਲੋੜ ਆ, ਕਿਉਂਕਿ ਸੰਘਰਸ਼ੀ ਧਿਰਾਂ ਜਿਹੜੀਆਂ ਸੰਘਰਸ਼ ਕੋਈ ਵੀ ਜਿਹੜੇ ਆ ਉਹ ਨੌਜਵਾਨੀ ਦੇ ਜਜ਼ਬੇ ਤੋਂ ਬਗੈਰ ਸਿਖਰ 'ਤੇ ਨਹੀਂ ਪਹੁੰਚਦੇ। ਸੋ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਪੈਰਵਾਈ ਜਿਹੜੀ ਆ ਉਹ ਕੀਤੀ ਜਾਵੇ, ਉਹਨਾਂ ਤੋਂ ਕਿਨਾਰਾਕਸ਼ੀ ਨਾ ਕੀਤੀ ਜਾਵੇ। 26 ਜਨਵਰੀ ਨੂੰ ਜਿਹੜਾ ਹੈ ਕਿ ਕਿਸਾਨ ਸੰਘਰਸ਼ ਜਿਹੜਾ ਬੈਕਫੁੱਟ 'ਤੇ ਆ ਗਿਆ, ਤੁਸੀਂ ਕਿਹਨੂੰ ਕਸੂਰਵਾਰ ਸਮਝਦੇ ਹੋ, ਦਿੱਲੀ ਪੁਲਿਸ ਨੂੰ ਜਾਂ ਕੇਂਦਰ ਦੀ ਸਰਕਾਰ? ਅਸੀਂ ਫਿਰ ਇਹ ਗੱਲ ਕਰਦੇ ਹਾਂ ਕਿ ਨਾ ਤਾਂ ਕਿਸਾਨ ਸੰਘਰਸ਼ ਬੈਕਫੁੱਟ 'ਤੇ ਆਇਆ, ਸਿਰਫ ਸਰਕਾਰ ਦੇ ਤੰਤਰ ਨੇ ਇਹਨੂੰ ਬਦਨਾਮ ਕਰਨ ਦੀ ਗੱਲ ਕੀਤੀ ਆ। ਤੁਸੀਂ ਅੱਜ ਦੇਖੋ ਕਿ ਉਸ ਸੰਘਰਸ਼ ਦੇ ਵਿੱਚ ਉਸ ਤੋਂ ਵੀ ਵੱਧ ਲੋਕ ਉੱਥੇ ਪਹੁੰਚੇ ਨੇ। ਉਹ ਇਹ ਤਾਂ ਸਿਰਫ ਮੈਂ ਪਹਿਲਾਂ ਹੀ ਇਹ ਗੱਲ ਕਰ ਚੁੱਕਿਆ ਹਾਂ ਕਿ ਜਿਹੜੇ ਸਾਡੇ ਕਿਸਾਨ ਆਗੂ ਨੇ, ਮੈਂ ਇੱਥੇ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਕੁਛ ਕਿਸਾਨ ਆਗੂਆਂ ਵੱਲੋਂ ਬੇਲੋੜਾ ਦੇਸ਼ ਭਗਤੀ ਦਿਖਾਉਣੀ, ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ। ਉਸ ਤੋਂ ਬਾਅਦ ਜਿਹੜੇ ਸਰਕਾਰੀ ਫਰਮਾਨ ਨੇ ਉਹਨਾਂ ਦੇ ਫੁੱਲ ਚੜਾਉਣੇ। ਹੁਣ ਵੇਖੋ, ਕਿਸਾਨਾਂ ਨੂੰ ਇੱਥੋਂ ਲਿਆਂਦਾ ਗਿਆ ਕਿ ਅਸੀਂ ਦਿੱਲੀ ਜਾ ਕੇ ਆਪਦਾ ਪ੍ਰਦਰਸ਼ਨ ਕਰਨਾ। ਮੈਂ ਨਹੀਂ ਕਹਿੰਦਾ ਕਿ ਮੈਂ ਇਸ ਗੱਲ ਦੇ ਹਮਾਇਤੀ ਨਹੀਂ ਹੈਗੇ ਸੀ ਕਿ ਜਿਹੜਾ ਪ੍ਰਦਰਸ਼ਨ ਹੈ ਉੱਥੇ ਕਿਸੇ ਤਰ੍ਹਾਂ ਦਾ ਜਿਹੜਾ ਮਾੜਾ ਪ੍ਰਦਰਸ਼ਨ ਹੋਵੇ ਜਾਂ ਕੋਈ ਸਾੜ ਫੂਕ ਹੋਵੇ ਜਾਂ ਕਿਸੇ 'ਤੇ ਕੋਈ ਹਮਲਾ ਕੀਤਾ ਜਾਵੇ। ਦੇਖੋ ਕਿੱਡੀ ਵੱਡੀ ਗੱਲ ਆ, ਇਹ ਗੱਲ ਕਹਿਣ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। 26 ਦੇ ਉਸ ਮਾਰਚ 'ਤੇ ਦਿੱਲੀ ਦੇ ਲੋਕਾਂ ਨੇ ਫੁੱਲ ਵਰਖਾਏ, ਠੀਕ ਹੈ ਨਾ ਜੀ, ਅਤੇ ਕੋਈ ਵੀ ਦਿੱਲੀ ਦਾ ਇੱਕ ਵੀ ਵਿਅਕਤੀ, ਕੋਈ ਚਾਹੇ ਦੁਕਾਨਦਾਰ ਆ ਚਾਹੇ ਕੋਈ ਰਹਿਣ ਵਾਲਾ ਬੰਦਾ, 5 ਲੱਖ ਕਿਸਾਨ ਉੱਥੇ ਦਿੱਲੀ ਵਿੱਚ ਗਏ, ਟਰੈਕਟਰਾਂ ਸਮੇਤ ਗਏ, ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਕੀਤਾ ਗਿਆ। ਬੜਾ ਸ਼ਾਂਤਮਈ ਸੰਘਰਸ਼ ਸੀਗਾ। ਤੋ ਮੈਂ ਉਹਦੀ ਇਹ ਗੱਲ ਕਰਦਾ ਕਿ ਇਹਨਾਂ ਨੇ ਕੁਛ ਸਾਡੇ ਜਿਹੜੇ ਆਗੂ ਸੀ ਉਹਨਾਂ ਨੇ ਸਰਕਾਰੀ ਫਰਮਾਨਾਂ ਨੂੰ ਲਾਗੂ ਕੀਤਾ, ਉਹਦੇ ਨਾਲ ਸੰਘਰਸ਼ ਨੂੰ ਜਿਹੜੀ ਆ ਢਾਹ ਲੱਗਦੀ ਆ। ਜੇ ਆਪਾਂ ਗੱਲ ਕਹੀਏ ਉੱਥੇ ਵਿਰੋਧ ਹੋਇਆ, ਹੁਣ ਕਿੱਡਾ ਵੱਡਾ ਵਿਰੋਧ ਹੋਇਆ ਕਿ ਸੰਘਰਸ਼ ਨੂੰ ਢਾਹ ਹੀ ਲੱਗੀ, ਕਿ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਦਿੱਲੀ ਮਾਰਚ ਕਰਾਂਗੇ, ਫਿਰ ਉਹਨਾਂ ਨੇ ਕਿਹਾ ਵੀ ਨਹੀਂ ਜੀ ਅਸੀਂ ਜਿਹੜੇ ਟਰੈਕਟਰ ਮਾਰਚ ਆ ਇਹ ਅਸੀਂ ਬਾਰਡਰਾਂ 'ਤੇ ਹੀ ਕਰਾਂਗੇ।
ਸੋ ਉੱਥੇ ਇਸ ਗੱਲ ਦਾ ਵਿਰੋਧ ਹੋਇਆ, ਸਟੇਜ ਕਿਸੇ ਨੇ ਕੈਪਚਰ ਕਰਤੀ, ਜਜ਼ਬਾ ਜਿਹੜਾ ਸੀਗਾ ਉਹਨੇ ਇਹ ਗੱਲ ਕਹੀ ਕਿ ਜੇ ਤੁਸੀਂ ਲੈ ਕੇ ਸਾਨੂੰ ਆਏ ਹੋ, ਜੇ ਲੱਖਾਂ ਟਰੈਕਟਰ ਲੈ ਕੇ ਆਏ ਹੋ ਤਾਂ ਫਿਰ ਤੁਸੀਂ ਸਾਨੂੰ ਜਾਣ ਦਿਓ, ਠੀਕ ਹੈ ਨਾ। ਸੋ ਉਹ ਜਿਹੜੀਆਂ ਜਿਹੜੇ ਗਾਹਾਂ ਦੀਆਂ ਗੱਲਾਂ ਨੇ ਉਹ ਵੀ ਤੁਸੀਂ ਜਦੋਂ ਉਹਨੂੰ ਫਰੋਲੋਗੇ, ਰਿੰਗ ਰੋਡ 'ਤੇ ਜਾਣ ਦੀ ਗੱਲ ਹੋਈ, ਰਿੰਗ ਰੋਡ ਤੋਂ ਰੋਕਿਆ ਗਿਆ, ਉੱਥੇ ਟਕਰਾਅ ਬਣਾਇਆ, ਉਹ ਚਲੋ ਬਹੁਤ ਕੁਛ, ਇਹ ਸਾਰੀਆਂ ਗੱਲਾਂ ਸੀ। ਸੋ ਪਰ ਸਭ ਤੋਂ ਵੱਡੀ ਗੱਲ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੀ ਕਿਸਾਨ ਜਿਹੜੇ ਆਗੂ ਨੇ ਉਹਨਾਂ ਨੂੰ ਇਹਨਾਂ ਦੀ ਜਿਹੜੇ ਨੌਜਵਾਨ ਆ ਫੜੇ ਗਏ ਆ ਉਹਨਾਂ ਦੀ ਪੈਰਵਾਈ ਤੋਂ ਭੱਜਣਾ ਨਹੀਂ ਚਾਹੀਦਾ। ਇਸ ਗੱਲ ਨਾਲ ਲੋਕਾਂ ਦੇ ਮਨ ਦੇ ਅੰਦਰ ਨਿਰਾਸ਼ਤਾ ਅਤੇ ਲੋਕ ਜਿਹੜੇ ਆ ਇਸ ਗੱਲ 'ਤੇ ਇਹ ਜਿਹੜੀ ਆ ਇਹ ਗੱਲ ਸੰਘਰਸ਼ ਦੇ ਲਈ ਮੈਂ ਸਮਝਦਾ ਕਿ ਚੰਗੀ ਗੱਲ। ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੇ ਨੌਜਵਾਨ ਗ੍ਰਿਫਤਾਰ ਹੋਏ ਨੇ 26 ਲਾਲ ਕਿਲੇ ਵਾਲੇ ਹਮਲੇ ਜਿਹੜਾ ਉੱਥੇ, ਅਤੇ ਉਹਨਾਂ ਦੇ ਵਾਸਤੇ ਕੀ ਕਰਨੀ ਚਾਹੀਦੀ? ਦੇਖੋ ਜੀ, ਅੱਜ ਦੀ ਤਰੀਕ 'ਚ ਤਾਂ ਅਸੀਂ ਉਹਨਾਂ ਦੇ ਹੱਕ 'ਚ ਹਾਦਾ ਨਾਰਾ ਮਾਰ ਰਹੇ ਹਾਂ, ਅਤੇ ਦਿੱਲੀ ਕਮੇਟੀ ਜਿਹੜੀ ਆ ਉਹਨਾਂ ਦੇ ਲਈ ਕਾਨੂੰਨੀ ਲੜਾਈ ਲੜ ਰਹੀ ਆ। ਅਸੀਂ ਵੀ ਆਪਣੇ ਤੌਰ 'ਤੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਤੁਸੀਂ ਦੇਖੋ ਤੁਹਾਡੇ ਸਾਹਮਣੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1 ਕਰੋੜ ਅਤੇ 18 ਲੱਖ ਰੁਪਇਆ ਹਾਲ ਤੱਕ ਸ਼ਹੀਦ ਪਰਿਵਾਰਾਂ ਨੂੰ ਦੇਤੀ ਆ, ਹਰ ਜਿਹੜਾ ਕੋਈ ਉੱਥੇ ਜਿਹੜਾ ਆਪਦੀ ਜਾਨ ਗੁਆ ਚੁੱਕਾ। ਅਤੇ ਹੁਣ ਦੱਸੋ ਵੀ ਹਾਲੇ ਕਿਸਾਨੀ ਕਿਨਾ, ਮੈਂ ਉਹਦੀ ਮੈਂ ਕੋਈ ਇਹ ਨਹੀਂ ਕਰਦਾ ਕੀ ਪ੍ਰੋਗਰਾਮ ਉਹਨਾਂ ਦਾ ਕੀ ਨਹੀਂ ਹੈਗਾ, ਪਰ ਮੈਂ ਉਹ ਗੱਲ ਕਰ ਤੁਲਾਂ ਦੀ ਗੱਲ ਕਰਦਾ ਕਿ ਹਾਲੇ ਉਹਨਾਂ ਕਿਸੇ ਸੰਸਥਾਵਾਂ ਵੱਲੋਂ ਕੋਈ ਪੈਸਾ ਨਹੀਂ ਦਿੱਤਾ ਗਿਆ। ਸੋ ਅਸੀਂ ਉਹਨਾਂ ਦੀ ਸ਼ਲਾਘਾ ਇਸ ਕਰਕੇ ਕਰ ਰਹੇ ਹਾਂ ਕਿ ਉਹ ਇਸ ਔਖੇ ਸਮੇਂ 'ਤੇ ਇਸ ਸੰਘਰਸ਼ ਦੇ ਨਾਲ ਖੜੇ ਨੇ। ਕਿਵੇਂ ਦੇਖਦੇ ਹੈਗੇ ਹੋ ਕਿ ਜਿਹੜਾ 26 ਤਰੀਕ ਨੂੰ ਜਿਹੜਾ ਕਾਂਡ ਹੋਇਆ ਕਿ ਉਹਦੇ ਵਿੱਚ ਦੀਪ ਸਿੱਧੂ ਦਾ ਤੁਸੀਂ ਰੋਲ ਕਿਵੇਂ ਦੇਖਦੇ ਹੋ, ਕਿਉਂਕਿ ਨੌਜਵਾਨ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਕਿ ਨਹੀਂ ਕੀਤਾ ਗਿਆ? ਦੇਖੋ, ਗੁੰਮਰਾਹ ਸ਼ਬਦ ਨਹੀਂ ਵਰਤਣਾ ਚਾਹੀਦਾ। ਦੀਪ ਸਿੱਧੂ ਕੋਈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਸੰਸਥਾ ਨਹੀਂ ਹੈ। ਦੀਪ ਸਿੱਧੂ ਉਹ ਸਾਰੇ ਸਿਸਟਮ ਦਾ ਹਿੱਸਾ ਵਾ, ਉਹ ਇੱਕ ਵਿਅਕਤੀ ਆ। ਜਿੱਥੇ 200-400 ਬੰਦੇ ਗ੍ਰਿਫਤਾਰ ਕੀਤੇ ਗਏ ਜਾਂ ਹਜ਼ਾਰਾਂ ਬੰਦੇ ਗਏ, ਉੱਥੇ ਇੱਕ ਉਹ ਵੀ ਸੀਗਾ। ਸੋ ਇਸ ਕਰਕੇ ਜਿਹਦੀ ਜਦੋਂ ਅਸੀਂ ਜਵਾਨੀ ਦੀ ਗੱਲ ਕਰਦੇ ਹਾਂ ਤਾਂ ਦੀਪ ਸਿੱਧੂ ਵੀ ਉਹਦੇ ਵਿੱਚ ਹੀ ਆ ਜਾਂਦਾ, ਕਿ ਮੈਂ ਵਿਸ਼ੇਸ਼ ਕਰਕੇ ਦੀਪ ਸਿੱਧੂ ਦਾ ਇਹ ਗੱਲ ਮੈਂ ਇਕੱਲਾ ਉਹਦੇ ਨਾਂ ਦਾ ਜ਼ਿਕਰ ਨਹੀਂ ਕਰਾਂਗਾ, ਫਿਰ ਮੈਂ ਇਕੱਲੇ ਦਾ ਨਾਂ ਜ਼ਿਕਰ ਕਰਾਂਗਾ ਤਾਂ ਬਾਕੀ ਸਾਰਿਆਂ ਨਾਲ ਦੀ ਉਸ ਜਜ਼ਬੇ ਦੀ ਜਿਵੇਂ ਕਹਿੰਦੇ ਹੁੰਦੇ ਉਹ ਤਹੀਨ ਹੋਏਗੀ। ਦੇਖੋ, ਇਹ ਗੱਲਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਉੱਭਰ ਕੇ ਸਾਹਮਣੇ ਆ ਜਾਣਗੀਆਂ, ਇਸੇ ਕਰਕੇ ਅਸੀਂ ਉਹਦੀ ਨਾ ਕੋਈ ਬਹੁਤ ਵੱਡੀ ਹਮਾਇਤ ਕਰਦੇ ਹਾਂ, ਨਾ ਅੱਜ ਦੀ ਤਰੀਕ 'ਚ ਵਿਰੋਧ ਕਰਦੇ ਹਾਂ, ਕਿਉਂਕਿ ਸੰਘਰਸ਼ ਦੇ ਨਾਲ ਜੁੜੇ ਜਿਹੜਾ ਵੀ ਲੋਕ ਆ, ਕੋਈ ਵੀ ਬਸ਼ਰ ਹੈ, ਅਸੀਂ ਉਹਦੀ ਕਦਰ ਕਰਦੇ ਹਾਂ, ਉਹ ਭਾਵੇਂ 1 ਕਦਮ ਚੱਲਿਆ ਭਾਵੇਂ 100 ਕਦਮ ਚੱਲਿਆ।